ਜੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਗਾਈਜ਼, ਮੈਂ ਜਾ ਰਿਹਾ ਹੁਣ ਕੰਮ 'ਤੇ, ਠੀਕ ਹੈ। ਸੁਬਹ ਸੁਬਹ ਦਾ ਪ੍ਰੋਗਰਾਮ ਹੈ ਅਤੇ ਬਾਰਿਸ਼ ਲੱਗੀ ਵੀ ਹੈ ਅਤੇ ਮੈਂ ਚੱਲਿਆ ਹੁਣ ਕੰਮ 'ਤੇ, ਠੀਕ ਹੈ। ਅੱਜ ਸਾਡੇ ਕੋਲ 500 ਬੰਦੇ ਦਾ ਇੰਤਜ਼ਾਮ ਹੈ ਅਤੇ ਉਹਦਾ ਅਸੀਂ ਬਲਾਗ ਬਣਾਉਣਾ, ਠੀਕ ਹੈ। ਬਾਰਿਸ਼ ਲੱਗੀ ਵੀ ਹੈ ਅਤੇ ਹੁਣ ਚੱਲੀਏ ਕੰਮ 'ਤੇ। ਜੀ ਉਸਤਾਦ ਹੁਣੀ ਬਾਰਿਸ਼ ਦੇ ਵਿੱਚ ਹੀ ਆਏ ਨਾ ਹੁਣ, ਮਾਸ਼ਾਅੱਲਾ ਜੀ, ਕਿਆ ਜੀ ਬਾਤ ਹੈ ਜੀ। ਅੱਜ ਵਿਆਹ ਦੀ ਤਿਆਰੀ ਹੈ, ਮੀਨਜ਼ ਕਿ ਆਰਡਰ ਹੈਗਾ ਅੱਜ, ਠੀਕ ਹੈ ਜੀ। ਉਸਤਾਦ ਹੁਣੀ ਆ ਗਏ ਆ। ਸਲਾਮ ਵਾਲੇਕੁਮ ਸਰ ਜੀ। ਵਾਲੇਕੁਮ ਸਲਾਮ ਜੀ। ਸਰ ਜੀ ਕੀ ਹਾਲ ਜੀ? ਠੀਕ ਠਾਕ, ਤੁਸੀਂ ਸੁਣਾਓ ਸਰ ਜੀ। ਆ ਨਾਸ਼ਤੇ ਤਿਆਰੀ ਹੋ ਰਹੀ ਆ, ਨਾਸ਼ਤਾ ਰੱਖਿਆ ਉੱਤੇ ਜੀ, ਠੀਕ ਹੈ ਜੀ। ਅਤੇ ਬਾਕੀ ਅੱਗੇ ਤਿਆਰੀ ਕਰਨੇ ਪਏ ਹੁਣ, ਵੇਖੋ ਹੁਣ, ਠੀਕ ਹੈ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ। ਗਾਈਜ਼ ਕਿਆ ਹਾਲ ਚਾਲ ਹੈ, ਠੀਕ ਠਾਕ ਹੈ ਜੀ। ਗਾਈਜ਼ ਅੱਜ ਅਸੀਂ ਬਣਾ ਰਹੇ ਹਾਂ ਤਕਰੀਬਨ 500 ਬੰਦੇ ਦਾ ਪ੍ਰੋਗਰਾਮ, ਅਤੇ ਉਹਨਾਂ ਨੇ ਸਾਡੇ ਤੋਂ ਮੰਗਿਆ ਵੀ ਨਾਸ਼ਤਾ ਸਾਨੂੰ ਜਲਦੀ ਨਾਲ ਦੇ ਦਿਓ, ਠੀਕ ਹੈ, ਬਣਾ ਕੇ। ਅਤੇ ਨਾਸ਼ਤੇ ਦੇ ਵਿੱਚ ਛੋਟੇ ਕਬਾਬ ਬਣਾ ਰਹੇ ਹਾਂ ਅਸੀਂ, ਠੀਕ ਹੈ। ਬੱਕਰੇ ਦੇ ਕਬਾਬ ਬਣਾ ਰਹੇ ਹਾਂ, ਕਲੇਜੀ ਦੇ ਕਬਾਬ, ਠੀਕ ਹੈ। ਇਹਦਾ ਨਾਸ਼ਤਾ ਅਸੀਂ ਬਣਾ ਰਹੇ ਹਾਂ। ਉਹ ਜੀ ਭਾਈ ਜੀ, ਇਹ ਆ ਗਿਆ ਜੀ ਗੋਸ਼ਤ ਸਾਡੇ ਕੋਲ, ਮਟਨ ਦਾ ਗੋਸ਼ਤ ਸਾਰਾ ਹੀ ਤਿਆਰ ਹੋ ਕੇ ਆ ਗਿਆ, ਠੀਕ ਹੈ। ਇਹ ਵੇਖੋ, ਸਾਰਾ ਹੀ ਗੋਸ਼ਤ ਮਟਨ ਦਾ ਤਿਆਰ ਹੋ ਗਿਆ। ਹੁਣ ਇਹਨੂੰ ਅਸੀਂ ਲੱਗਾ ਰੱਖਣ ਚੁੱਲ੍ਹਿਆਂ 'ਤੇ, ਇਹਨੂੰ ਪਕਾਉਣਾ ਸ਼ੁਰੂ ਕਰਨ ਲੱਗੇ ਹਾਂ, ਠੀਕ ਹੈ। ਅਤੇ ਪਕਾਉਂਦਿਆਂ ਵੇਖਣਾ ਜ਼ਰੂਰ ਆ ਤੁਸੀਂ ਵੀ ਅਸੀਂ ਪਕਾਉਣ ਕਿਸ ਤਰ੍ਹਾਂ ਲੱਗੇ। ਲਓ ਜੀ ਸ਼ੁਰੂ ਕਰੀਏ ਹੁਣ ਫਿਰ। ਲਓ ਜੀ ਭਾਈ ਜੀ, ਇਹ ਵੇਖ ਲਓ, ਇਹ ਮਟਨ ਆ ਗਿਆ ਜੀ, ਠੀਕ ਹੈ। ਮਸਾਲੇ ਲਸਣ ਅਦਰਕ ਦਹੀਂ ਇਹ ਲੱਗ ਗਿਆ, ਇਹ ਪਿਆਜ਼ ਵੀ ਲੱਗਣ ਲੱਗਾ ਹੁਣ, ਠੀਕ ਹੈ। ਇਹ ਸਾਰਿਆਂ ਜੀ, ਇਹ ਹਜੇ ਚੁੱਲ੍ਹਾ ਖਾਲੀ ਹੈ, ਇਹਦੇ 'ਤੇ ਵੱਡਾ ਪਤੀਲਾ ਆਉਣਾ, ਇਹਦੇ 'ਤੇ 40 ਕਿਲੋ ਰੱਖਣਾ ਸੀ, ਠੀਕ ਹੈ। ਅਤੇ ਇਹ ਵੇਖੋ, ਇਹ ਬਾਕੀ 30-30 ਕਿਲੋ ਗੋਸ਼ਤ ਹੈਗਾ ਸਾਡੇ ਕੋਲ ਸਾਰਾ ਹੀ, ਠੀਕ ਹੈ। ਲਓ ਜੀ ਲਓ ਮਸਾਲੇ। ਪ੍ਰੋਗਰਾਮ ਹੋ ਗਿਆ ਸਾਡਾ 5 ਵਜੇ 'ਤੇ, ਠੀਕ ਹੈ ਜੀ। ਇਹ ਵੇਖੋ, ਇਹ ਭਾਈ ਹੁਣੀ ਸ਼ੱਕਰ ਵਾਲਾ ਦਹੀਂ ਪਾ ਕੇ ਅਤੇ ਖਾਣ ਲੱਗੇ ਨੇ। ਲਓ ਪਾਣੀ ਵੀ, 1-1 ਡੱਬਾ ਪਾਣੀ ਦਾ ਵੀ ਲਾ ਦਿਓ ਸਾਰੇ ਪਤੀਲਿਆਂ ਨੂੰ, ਠੀਕ ਹੈ। 1-1 ਡੱਬਾ ਪਾਣੀ ਦਾ ਲਾ ਦਿਓ, ਲਾ ਦਿਓ। ਇਹ ਵੇਖੋ ਜੀ, ਇਹ ਮਸਾਲੇ ਵੀ ਲੱਗਣ ਲੱਗੇ ਜੀ, ਇਹ ਹੀ ਹੋ, ਇਹ ਨਾਲ ਮਸਾਲੇ ਵੀ ਲਾ ਦਿੱਤੇ ਜੀ, ਠੀਕ ਹੈ ਜੀ। ਜਲਦੀ ਕਰ ਲਓ ਵੀ, ਜਲਦੀ ਕਰ ਲਓ ਹੁਣ, ਲੇਟ ਬੜਾ ਹੋ ਗਿਆ ਕੰਮ। ਲਓ 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 ਮਸਾਲੇ ਸਾਰਿਆਂ 'ਚ ਲਾਓ। ਇਹ ਵੇਖ ਲਓ ਜੀ ਭਾਈ ਜੀ, ਮਸਾਲੇ ਲੱਗ ਗਏ ਜੇ, 30-30 ਕਿਲੋ ਦੇ ਮਸਾਲੇ ਲੱਗ ਗਏ ਨੇ, ਇਹ ਠੀਕ ਹੈ ਜੀ। ਲਓ ਜੀ ਲਓ ਭਾਈ ਜੀ, ਜਲਦੀ ਕਰ ਦਿਓ, ਜਲਦੀ ਕਰ ਦਿਓ। ਲਓ ਜੀ ਢੱਕਣੇ, ਉਹ ਲਿਆਓ ਵੀ ਲਿਆਓ, ਜਲਦੀ ਲਿਆਓ, ਚੁੱਕ ਕੇ ਪਤੀਲੇ ਲੈ ਆਵੋ, ਜਲਦੀ ਆ ਜਾਓ, ਟਾਈਮ ਲੇਟ ਹੁੰਦਾ ਪਿਆ। ਇਹ ਵੇਖ ਲਓ ਜੀ, ਇਹ ਹੀ ਆ ਗਏ ਦੇ ਮੁੰਡੇ, ਇਹ ਆ ਗਏ ਜੀ, ਇਹ ਵੇਖ, ਇਹ ਜੀ, ਇਹ ਵੱਡਾ ਪਤੀਲਾ ਪੂਰਾ 1 ਮਣ ਗੋਸ਼ਤ ਲੈ ਕੇ ਆ ਰਹੇ ਨੇ। ਕਿਆ ਬਾਤ ਹੈ, 1 ਮਣ ਬੱਕਰਾ ਹੈਗਾ ਸੀ, ਇਹ ਪੂਰਾ ਹੀ 1 ਮਣ ਜ਼ਬਰਦਸਤ ਕਿਸਮ ਦਾ ਗੋਸ਼ਤ ਤਿਆਰ ਹੋਇਆ ਇਹਦਾ, ਬੱਕਰੇ ਦਾ। ਆਹ ਹਾਹਾ, ਇਹ ਵੇਖੋ, ਇਹਦੇ 'ਚ ਵੀ ਆ ਗਏ ਮਸਾਲੇ, ਇਹ ਵੇਖੋ। ਲਓ ਜੀ ਲਓ ਮਸਾਲੇ, ਇਹ ਆ ਗਏ ਜੀ ਮਸਾਲੇ। ਲਓ ਜੀ ਭਾਈ ਜੀ, ਇਹ ਵੀ ਲੱਗ ਗਏ ਮਸਾਲੇ। ਬਾਕੀ ਲਓ ਜੀ, ਇਹ ਵੇਖੋ ਜੀ, ਇਹ ਦਹੀਂ ਵੀ ਆਪੇ ਤਿਆਰ ਕੀਤਾ ਦਾ, ਇਹ ਵੇਖੋ। ਇਹੋ ਜਿਹਾ ਦਹੀਂ ਤੁਹਾਨੂੰ ਕਿਤੇ ਵੀ ਨਹੀਂ ਲੱਭੇਗਾ ਜਿਹੋ ਜਿਹਾ ਦਹੀਂ ਅਸੀਂ ਜਮਾ ਰਹੇ ਹਾਂ ਅੱਜ ਕੱਲ੍ਹ, ਠੀਕ ਹੈ ਜੀ। ਲਓ ਜੀ, 2 ਡੋਰੀਆਂ ਭਰ ਕੇ ਲਾਓ ਇਹਨੂੰ। ਇਹ ਵੇਖੋ ਜੀ, ਇਹ ਮਣ ਗੋਸ਼ਤ ਨੂੰ 2 ਡੋਰੀਆਂ ਭਰ ਕੇ, 1.5-1.5 ਕਿਲੋ ਦੀ, 3 ਕਿਲੋ ਦਹੀਂ ਲੱਗਾ ਇਹਦੇ ਵਿੱਚ। ਵੇਖ ਲਓ ਜੀ, ਇਹ ਹੀ ਲਸਣ ਅਦਰਕ ਵੀ ਆ ਗਿਆ। ਲਓ ਜੀ ਲਓ, 2-3 ਡੋਂਗੇ ਲਓ, 3 ਡੋਂਗੇ। ਇਹ ਲਓ ਜੀ ਭਾਈ ਜੀ, ਇਹ 3 ਡੋਂਗੇ ਲੱਗ ਗਿਆ। ਹੁਣ ਲਓ ਜੀ ਮਸਾਲਾ ਇਹਦਾ ਕਿੱਥੇ ਹੈ।
ਜੀ ਭਾਈ ਜੀ ਇਹ ਵੇਖੋ ਸਟੀਮ ਵੀ ਲਾ ਰਹੇ ਹਾਂ ਅਸੀਂ, ਠੀਕ ਹੈ। ਇਹ ਸਟੀਮ ਸਾਡਾ ਲੱਗ ਰਿਹਾ, ਠੀਕ ਹੈ। ਜ਼ਬਰਦਸਤ ਕਿਸਮ ਦਾ ਸਟੀਮ ਲਾ ਰਹੇ ਹਾਂ, ਲਾਓ ਵੀ ਲਾਓ, ਵੱਡੇ ਨਾਮ ਚੱਲਣਗੇ, ਵੱਡੇ ਸਟੀਮ ਚੱਲਣਗੇ ਅੱਜ। ਇਹ ਭਾਅ ਜੀ ਵੱਡੇ ਲੋਕ ਤੇ ਵੱਡੀ ਸੋਚ। ਹਾਂਜੀ, 200 ਕਿਲੋ ਮਟਨ ਪੱਕ ਰਿਹਾ, 200 ਕਿਲੋ ਮਟਨ। ਇਹ ਚੈੱਕ ਕਰੋ ਭਾਈ ਜੀ, ਇਹ ਸਟੀਮ ਲੱਗ ਗਿਆ, ਠੀਕ ਹੈ। ਇੱਧਰ ਇਹ ਸਾਡਾ ਮਟਨ ਵੀ ਤਿਆਰ ਹੋ ਗਿਆ, ਠੀਕ ਹੈ। ਇਹਨੂੰ ਹੁਣ ਅਸੀਂ ਮਸਾਲੇ ਮਸੂਲੇ ਲਾ ਕੇ ਅਤੇ ਇਹਨੂੰ ਤਿਆਰ ਕਰਨ ਲੱਗੇ ਹਾਂ, ਠੀਕ ਹੈ। ਆਲਾ ਕਿਸਮ ਦਾ ਤਿਆਰ ਕਰਨ ਲੱਗਿਆ ਅਤੇ 200 ਕਿਲੋ ਮਟਨ ਹੈ, ਠੀਕ ਹੈ। 200 ਕਿਲੋ ਗੋਸ਼ਤ ਲਾ ਰਹੇ ਹਾਂ ਅਸੀਂ, 200 ਕਿਲੋ। ਇਹ ਵੇਖੋ ਚੈੱਕ ਕਰੋ ਜੀ ਭਾਈ ਜੀ, ਕੋਰਮੇ ਸਾਡੇ ਤਿਆਰ ਹੋ ਗਏ ਨੇ, ਠੀਕ ਹੈ। ਇਹ ਵੀ ਪਤੀਲਾ ਤਿਆਰ ਕਰਨ ਲੱਗਿਆ ਹੁਣ, ਸਾਰੇ ਕੋਰਮੇ ਲਾ ਕੇ ਅਤੇ ਬਾਹਰ ਰੱਖ ਲੈਣੇ ਨੇ, ਠੀਕ ਹੈ। ਬਾਅਦ 'ਚ ਗਰਮ ਕਰਕੇ ਅਤੇ ਖਾਣਾ ਤਿਆਰ। ਇਹ ਲਓ ਜੀ ਭਾਈ ਜੀ, ਚਿਕਨ ਕੋਰਮਾ ਵੀ ਤਿਆਰ ਕਰ ਦਿੱਤਾ, ਠੀਕ ਹੈ। ਨਾਲ ਹੀ ਅਸੀਂ ਇਹ ਚਿਕਨ ਕੋਰਮਾ ਤਿਆਰ ਹੋ ਗਿਆ। ਇਹ ਚਿਕਨ ਕੋਰਮੇ ਦੇ ਪਤੀਲੇ ਅਸੀਂ ਤਿਆਰ ਕਰਕੇ ਅਤੇ ਰੱਖ ਛੱਡੇ। ਇਹ ਲਓ ਵੀ, ਇਹ ਵੇਖ ਲਓ ਜੀ, ਇਹ ਰਕਸ਼ਾ ਆ ਗਿਆ, ਰਕਸ਼ਾ ਬਿਲਕੁਲ ਖਾਲੀ ਆ ਹੁਣ, ਠੀਕ ਹੈ। ਹੁਣ ਅਸੀਂ ਰਕਸ਼ਾ ਲੱਗੇ ਹਾਂ ਭਰਨ। ਚੱਲ ਵੀ ਜ਼ਰਾ ਕਿ ਝਾੜੂ ਝਾੜੂ ਮਾਰ ਵਿੱਚ ਰਕਸ਼ੇ ਦੇ ਮੁੜਿਆ, ਕਿਉਂਕਿ ਖਾਣਾ ਰੱਖ ਕੇ ਜਾਣਾ, ਰਕਸ਼ਾ ਸਾਫ਼ ਸੁਥਰਾ ਹੋਏ ਤਾਂ ਫਿਰ ਹੀ ਚੰਗਾ ਲੱਗਦਾ ਕੰਮ, ਠੀਕ ਹੈ। ਇਹ ਵੇਖੋ ਜੀ, ਇਹ ਮੁੰਡਾ ਸਫਾਈ ਕਰ ਰਿਹਾ ਰਕਸ਼ੇ ਦੀ, ਅਤੇ ਹੁਣੇ ਲੱਗੇ ਹਾਂ ਅਸੀਂ ਇਹਦੇ ਵਿੱਚ ਸਮਾਨ ਲੋਡ ਕਰ। ਕਿਆ ਬਾਤ, ਇੱਧਰ ਇਹ ਵੇਖ ਲਓ ਭਾਈ ਜੀ, ਫਿਰ ਨਾ ਆਖਿਓ ਦੱਸਿਆ ਨਹੀਂ ਸੀ, ਚੈੱਕ ਕਰ ਲਓ ਫਿਰ ਭਾਈ ਜੀ, ਹਰ ਚੀਜ਼ ਤਿਆਰ ਹੋ ਗਈ ਆ, ਠੀਕ ਹੈ। ਇਹ ਚਾਵਲਾਂ ਨੂੰ ਦਮ ਲੱਗਾ ਹੋਇਆ, ਠੀਕ ਹੈ। ਇਹ ਮਟਨ ਤਿਆਰ ਕੀਤਾ ਹੋਇਆ ਇੱਧਰ, ਠੀਕ ਹੈ ਜੀ। ਇਹ ਇੱਧਰ ਚਿਕਨ ਤਿਆਰ ਕੀਤਾ ਹੋਇਆ ਅਤੇ ਖਲਾਰਾ ਬਹੁਤ ਪਿਆਦਾ ਦੁਕਾਨ ਦੇ ਵਿੱਚ। ਹੁਣ ਜਿਸ ਵੇਲੇ ਅਸੀਂ ਸਮਾਨ ਆਪਣਾ ਚੁੱਕਣਾ ਅਤੇ ਨਾਲ ਹੀ ਅਸੀਂ ਸਾਰੀ ਦੁਕਾਨ ਦੀ ਸਫਾਈ ਕਰਕੇ ਅਤੇ ਫਿਰ ਅਸੀਂ ਮੈਰਿਜ ਹਾਲ 'ਚ ਜਾਣਾ ਹੈਦਰ ਮਾਰਕੀਟ ਦੇ ਵਿੱਚ, ਠੀਕ ਹੈ। ਲਓ ਜੀ, ਉਹ ਵੇਖ ਲਓ ਰਕਸ਼ਾ ਸਾਡਾ ਲੋਡ ਹੋ ਕੇ ਜਾ ਰਿਹਾ, ਇਹ ਵੇਖੋ, ਇਹ ਠੀਕ ਹੈ। ਇਹ ਜੀ ਭੈਣ, ਬਿਸਮਿਲ੍ਲਾ ਬਿਸਮਿਲ੍ਲਾ। ਲਓ ਜੀ, ਹੈਦਰ ਮਾਰਕੀ ਇਹ ਆ ਗਏ ਹਾਂ ਜੀ, ਅਸੀਂ ਹੈਦਰ ਮਾਰਕੀ ਆ ਗਏ ਹਾਂ, ਪਹੁੰਚ ਗਏ ਹਾਂ ਹੈਦਰ ਮਾਰਕੀ। ਲਓ ਜੀ, ਲਓ ਜੀ, ਇਹ ਆ ਗਏ ਅਸੀਂ ਕਿਚਨ ਦੇ ਵਿੱਚ, ਠੀਕ ਹੈ। ਇਹ ਵੇਖੋ, ਇਹ ਨਿੱਕੇ ਨਿੱਕੇ ਬੱਚੇ ਵੇਖੋ, ਨਾਨਾ ਵਾਲਿਆਂ ਨੇ ਲਾਏ ਦੇ ਨੇ ਨਾਲ। ਇਹ ਵੇਖੋ, ਇਹ ਵੇਖੋ, ਇਹ ਨਾਨ ਲੱਗ ਰਹੇ ਨੇ ਸਾਡੇ ਪ੍ਰੋਗਰਾਮ ਦੇ। ਇਹ ਵੇਖੋ, ਇਹਦੀ ਮਾਂ ਨੂੰ ਕਿਤੇ ਕੁਛ ਨਾ ਕਹਾਂ, ਕੁਛ ਨਾ ਕਹਾਂ। ਲਓ ਹਜੀ ਭਾਈ ਜੀ, ਹਜੇ ਮਹਿਮਾਨ ਤਾਂ ਹਜੇ ਤੱਕ ਕੋਈ ਨਹੀਂ ਆਇਆ, ਠੀਕ ਹੈ। ਹਜੇ ਖਾਲੀ ਆ, ਮਹਿਮਾਨ ਹਜੇ ਆਉਣੇ ਨੇ। ਚਲੋ ਕੋਈ ਨਹੀਂ, ਉਨੀ ਦੇਰ ਇੰਤਜ਼ਾਰ ਕਰਨੇ ਆ ਮਹਿਮਾਨਾਂ ਦਾ ਅਸੀਂ। ਲਓ ਹਜੀ ਭਾਈ ਜੀ, ਇਹ ਵੇਖੋ ਸਟੀਮ ਲੱਗ ਰਿਹਾ, ਠੀਕ ਹੈ। ਇਹ ਭਾਈ ਬੈਠ ਰਹਿ ਗਏ, ਇਹ ਸਾਰਾ ਸਟੀਮ ਲੱਗ ਰਿਹਾ। ਇਹ ਵੇਖੋ, ਇੱਧਰ ਮੁੰਡਾ ਚਾਵਲ ਲਾ ਰਿਹਾ, ਇਹ ਸਾਰੇ ਚਾਵਲ ਲੱਗ ਰਹੇ ਨੇ ਜੀ। ਇਹ ਸਾਧ ਨਹੀਂ ਲਾ ਰਹੇ ਨੇ ਮਟਨ, ਮਟਨ ਕੋਰਮਾ, ਠੀਕ ਹੈ ਜੀ। ਇਹ ਵੇਖੋ ਜੀ, ਠੀਕ ਹੈ ਜੀ, ਇੱਧਰ ਚਿਕਨ ਲੱਗ ਰਿਹਾ, ਠੀਕ ਹੈ ਜੀ। ਇਹ ਵੇਖੋ ਜੀ, ਇਹ ਚਿਕਨ ਲੱਗ ਰਿਹਾ ਜੀ, ਠੀਕ ਹੈ ਜੀ। ਸ਼ਬਾਦ ਸਾਹਿਬ ਲਾ ਰਹੇ ਨੇ, ਇਹ ਜੀ ਮਟਨ ਕੋਰਮਾ, ਠੀਕ ਹੈ ਜੀ, ਲੱਗ ਗਿਆ ਜੀ। ਇਹ ਵੇਖੋ ਜੀ, ਵੇਟਰ ਰੈਡੀ ਨੇ, ਠੀਕ ਹੈ, ਅੰਦਰ ਮਹਿਮਾਨਾਂ ਨੂੰ ਖਾਣਾ ਖਵਾਉਣ ਵਾਸਤੇ। ਜਾਇ ਬਾਤ ਜੀ, ਹੁਣ ਖਾਣਾ ਖਾ ਰਹੀ ਹੈ, ਠੀਕ ਹੈ ਬਰਾਤ।
ਮਹਿਮਾਨ ਸਾਰੇ ਬੈਠ ਕੇ ਨਾ ਖਾਣਾ ਖਾ ਰਹੇ ਨਾ ਜੀ। ਅਸਲਾਮ ਵਾਲੇਕੁਮ ਸਰ, ਕੀ ਹਾਲ ਜੀ? ਸਰ ਖਾਣਾ ਕੈਸਾ ਲੱਗਾ ਜੀ? ਜ਼ਬਰਦਸਤ ਹੈ। ਕਿਆ ਬਾਤ, ਮਿਹਰਬਾਨੀ, ਸ਼ੁਕਰੀਆ। ہمارا شادی کا فنکشن فنش ہو گیا اور نیکسٹ فنکشن میں ہم پھر ملیں گے آپ سے۔ اوکے، اللہ حافظ، ٹاٹا، بائے بائے۔ چلو جی، میرا پیامہ